ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਚੱਲੇ ਹਾਂ ਫਤਿਹਗੜ੍ਹ ਸਾਹਿਬ ਮੱਥਾ ਟੇਕਣ, ਚੱਲੇ ਹਾਂ ਸ਼ਹੀਦੀ ਦਿਹਾੜੇ ਚੱਲਣ ਦੇ ਆ, ਤਾਂ ਕਰਕੇ ਅਸੀਂ ਦੋਵੇਂ ਜਣੇ ਚੱਲੇ। ਆਪਣੇ ਯਾਰ ਮਿੱਤਰ ਜਿਹੜੇ ਆ ਉਹ ਇੱਕ ਦਿਨ ਪਹਿਲਾਂ ਹੀ ਟੇਕ ਆਏ ਸੀ ਮੱਥਾ, ਮੈਨੂੰ ਕਹਿੰਦੇ ਸੀ ਨਾਲ ਜਾਣ ਨੂੰ। ਮੈਂ ਕਿਹਾ ਮੈਂ ਘਰਦੇ ਨਾਲ ਜਾਣਾ ਆ, ਅਤੇ ਧੂਤੀ ਵੀ ਚੱਲ ਗਿਆ ਸੀ, ਗਗਨ ਵੀ, ਦੋਵੇਂ ਬੱਸੇ ਜਾ ਆਏ ਸੀਗੇ ਉਦਣ ਜਿੱਦਣ ਮੈਂ ਤੁਹਾਨੂੰ ਲੈ ਕੇ ਆਇਆ, ਅਤੇ ਹੁਣ ਅਸੀਂ ਦੋਵੇਂ ਜਣੇ ਚੱਲੇ ਹਾਂ। ਅਤੇ ਸਿਮਰ ਮੇਰੇ ਖਿਆਲ ਨਾਲ ਪਹਿਲੀ ਵਾਰੀ ਚੱਲੀ ਹੈ ਨਾ? ਪਹਿਲੀ ਵਾਰ ਚੱਲੀ, ਪਹਿਲੀ ਵਾਰੀ ਦਰਸ਼ਨ ਕਰਾ ਕੇ ਲਿਆਉਣੇ ਸਿਮਰ ਨੂੰ। ਮੈਂ ਤਾਂ ਉੱਦਾਂ ਗਿਆ ਹਾਂ ਪਰ ਸਿਮਰ ਦੇ ਨਾਲ, ਆਹੋ ਇਹਦੇ ਨਾਲ ਮੈਂ ਪਹਿਲੀ ਵਾਰੀ ਚੱਲਿਆ ਹਾਂ। ਉੱਦਾਂ ਮੈਂ ਹੁਣ ਓਕੇ ਜਦੋਂ ਕਿਤੇ ਜਾਣਾ ਹੋਵੇ ਨਾ, ਕੁਛ ਨਾ ਕੁਛ ਭੁੱਲ ਜਾਂਦਾ ਹੁੰਦਾ। ਕਦੀ ਮੇਰਾ ਪਰਸ ਭੁੱਲ ਜਾਂਦਾ ਹੁੰਦਾ ਮੈਨੂੰ, ਕਦੀ ਫੋਨ ਭੁੱਲ ਜਾਂਦਾ ਹੁੰਦਾ। ਹੁਣ ਮੇਰਾ ਪਰਸ ਰਹਿ ਗਿਆ ਕਦੇ, ਫਿਰ ਦੁਬਾਰਾ ਮੁੜ ਕੇ ਆਏ। ਬੜਾ ਤੰਗ ਕਰਨ ਲੱਗ ਪਿਆ ਇਹ, ਸੜਕ 'ਤੇ ਸਾਰਿਆਂ ਨੂੰ ਪੈਂਦਾ, ਇਹਦਾ ਇਲਾਜ ਕਰਨਾ ਪੈਣਾ ਉਹਨੂੰ ਆ ਕੇ। ਬੰਨਣ ਦਾ ਕੋਈ ਹੱਲ ਥੋੜ੍ਹਾ, ਬੰਨਣਾਂਗੇ ਜਦੋਂ ਛੱਡਾਂਗੇ ਉਦੋਂ ਫਿਰ ਦੌੜਨਾ ਉਹਨੇ, ਬੰਨ ਕੇ ਹੱਲ ਹੀ ਹੈ ਨਹੀਂ ਕੋਈ ਇਹਦਾ। ਲੁਧਿਆਣੇ ਐਂਟਰ ਹੋਣ ਲੱਗੇ ਸੀਗੇ, ਮੈਂ ਕਿਹਾ ਜੂਸ ਪੀ ਕੇ ਚੱਲਦੇ ਹਾਂ। ਅਗਲੀ ਸਾਈਡ ਲੰਗਰ ਲੱਗੇ ਹੋਣੇ ਆ, ਉੱਥੋਂ ਲੰਗਰ ਛੱਕ ਕੇ ਫਿਰ ਗਾਂਹ ਜਾਵਾਂਗੇ। ਅਸੀਂ ਹੌਲੀ ਹੌਲੀ ਜਾਣਦੇ ਹਾਂ, 80-90-100 ਅਤੇ 80-90-100 ਅਤੇ ਬਸ। ਆਓ ਜੀ, ਥੈਂਕ ਯੂ। ਠੰਡਾ ਠੰਡਾ ਜੂਸ ਠੰਡ ਵਿੱਚ। ਹੁਣ ਇੱਥੋਂ ਰਹਿ ਗਿਆ ਆ 47 ਮਿੰਟਾਂ ਦਾ ਰਾਹ ਰਹਿ ਗਿਆ, ਪੂਰੇ 47 ਮਿੰਟ। ਅਤੇ ਨਿਸ਼ਾਨ ਸਾਹਿਬ ਅਸੀਂ ਨਾ ਇੱਥੋਂ ਦੀ ਕੱਢ ਲਿਆ ਸੀਗਾ, ਕੀ ਕਹਿੰਦੇ ਹੁੰਦੇ ਇਹਨੂੰ, ਸੰਦਰੂਪ ਥਾਣੀ। ਹਾਂ, ਇਹਦੇ ਹੋਰ ਕਿਤੇ ਅੱਗੇ ਥਾਂ ਹੀ ਹੈ ਨਹੀਂ ਗਾ, ਬਣਵਾਵਾਂਗੇ ਇਹਦੇ ਅੱਗੇ ਨਾ, ਜਿੱਥੇ ਇਹਦੇ ਦੋ ਨਾ ਅੱਗੇ ਹੁੰਦੇ ਪੁਆਇੰਟ ਜੇ, ਅਤੇ ਹੁੱਕ ਲੱਗਦੀ ਹੁੰਦੀ ਨਾ ਇਹਦੇ ਪਿਛਲੇ ਪਾਸੇ ਵੀ ਹੈਗਾ ਆ, ਉੱਥੇ ਬਣਵਾ ਕੇ ਨਾ ਮੈਂ ਲਾ ਲੈਣਾ ਜਦੋਂ ਕਿਤੇ ਗਏ ਉਦੋਂ, ਉੱਥੇ ਨਿਸ਼ਾਨ ਸਾਹਿਬ ਲਾਉਣ ਨੂੰ ਨਾ ਲਾ ਲਿਆ ਕਰਨਾ। ਵੀ ਨਿਸ਼ਾਨ ਸਾਹਿਬ ਲਾ ਕੇ ਨਾ ਅੰਦਰ ਰੱਖਤਾ, ਤਾਂ ਇੱਥੇ ਲਾ ਚੱਲੇ ਗੱਡੀ ਅਸੀਂ। ਹੁਣ ਇੱਥੋਂ ਗਾਂਹ ਪੈਦਲ ਯਾਤਰਾ ਕਰਾਂਗੇ ਗਾਂਹ ਨੂੰ ਹੁਣ ਸਾਰੀ, ਕਿਉਂਕਿ ਅੱਗੇ ਸਾਨੂੰ ਪਾਰਕਿੰਗ ਨਹੀਂ ਲੱਭੀ, ਇੱਥੋਂ ਤੋੜ ਹੁਣ ਤੁਰ ਕੇ ਜਾਵਾਂਗੇ। ਛੋਟੇ ਹੁੰਦੇ ਲੰਗਰ ਵੀ ਛਕ ਲਿਆ, ਹੁਣ ਅਸੀਂ ਘਰ ਨੂੰ ਸਿੱਧੇ ਰਵਾਨਾ ਹੋ ਜਾਣਾ। ਸਾਡੇ ਤੋਂ ਲੰਗਰ ਛਕਣ ਦੀ ਆ, ਮਾੜੀ ਮਾੜੀ ਧੁੰਦ ਪੈਣੀ ਸ਼ੁਰੂ ਹੋ ਗਈ। ਠੀਕ ਆ ਜੀ, ਨਾਲ ਖੀਰ ਸੀਗੀ, ਖੀਰ ਨਜ਼ਾਰਾ ਆ ਗਿਆ। ਪੱਖੀਆਂ ਵੇਖੋ ਕਿੰਨੇ ਤਰ੍ਹਾਂ ਦੀਆਂ ਲੱਗੀਆਂ ਹੈ, ਅਸੀਂ ਹੁਣ ਖਰੀਦਣ ਲੱਗੇ। ਇੱਥੋਂ ਸੇਲ ਲੱਗੀ ਆ 100 ਰੁਪਏ ਦੀ ਇੱਕ ਪੱਖੀ, ਸੋਹਣੀ ਆ ਹੈ ਨਾ। ਚਲੋ ਆਈ ਵੀਰੇ, ਮੈਂ ਦੋ ਖਰੀਦ ਲੈਂਦੇ ਹਾਂ ਨਾ, ਇੱਕ ਨਾਭੀ ਹੋਰ ਕਿੱਦਾਂ, ਇੱਕ ਨਾਭੀ ਅਤੇ ਇੱਕ ਦੂਜੀ ਲਾਲ ਹੈ ਨਾ। ਗੱਲ ਵਿੱਚ ਚੱਲ ਯਾਰ, ਧੰਨਵਾਦ ਮੇਰਾ, ਧੰਨਵਾਦ। ਲੈ ਬਈ ਪਹੁੰਚ ਕੇ ਲਿਆਓ ਚਾਬੀ। ਕਿੰਨੇ ਕਿਲੋਮੀਟਰ ਤੁਰ ਕੇ ਬੈਠੋ, ਲੋਈ ਨੇ ਤਾਂ ਕਮਲੀ ਪਾਤਾ ਮੈਨੂੰ। ਲੈ
ਵੀ ਫਗਵਾੜੇ ਪਹੁੰਚ ਗਏ ਨਾ ਜਦੋਂ ਉਦੋਂ ਧੁੰਦ ਟੱਕਰੀ ਸਾਨੂੰ ਆ ਕੇ। ਚਲੋ ਹੁਣ ਤਾਂ ਥੋੜ੍ਹਾ ਹੀ ਰਹਿ ਗਿਆ, ਇੱਥੋਂ 15 ਕਿਲੋਮੀਟਰ ਰਹਿ ਗਿਆ ਜਲੰਧਰ, 15-20 ਹੋਊਗਾ ਵੱਧ ਤੋਂ ਵੱਧ ਸਾਡਾ ਘਰ। ਅਤੇ ਆਪਣੀ ਗੱਡੀ ਦੀ ਬੱਤੀ ਵੀ ਜਾਗ ਗਈ, ਅਜੇ ਪਰਨਾ ਮੈਂ ਬੰਨ੍ਹ ਕੇ ਰੱਖਿਆ ਸਾਰਾ ਦਿਨ ਹੀ, ਮੈਂ ਕਿਹਾ ਹੱਥ ਪਾਈਏ ਗਾਂਹ ਪਰਨਾ ਬੰਨਿਆ ਕਰਨਾ, ਉੱਦਾਂ ਹੁਣ ਢਿੱਲਾ ਕਰ ਲਿਆ ਮੈਂ, ਸਿਰ ਦੁਖਣ ਲੱਗ ਪਏ, ਕੰਨ ਦੁਖਣ ਲੱਗ ਪਏ, ਕਦੀ ਬੰਨਿਆ ਨਹੀਂ ਨਾ ਤਾਂ ਕਰਕੇ। ਅਤੇ ਦੂਜੀ ਗੱਲ ਐਰਕੀ ਬੜੇ ਵਧੀਆ ਦਰਸ਼ਨ ਹੋਏ ਉੱਥੇ ਨਾ, ਕੋਈ ਰੌਲਾ ਰੱਪਾ ਨਹੀਂ ਸੀਗਾ, ਵਧੀਆ ਸੀ, ਨਹੀਂ ਤਾਂ ਉੱਥੇ ਨਾ ਉੱਚੀ ਉੱਚੀ ਸਾਰਿਆਂ ਨੇ ਲਾਇਆ ਹੁੰਦਾ ਆਪਣੇ ਆਪਣਾ ਡੈੱਕ, ਜਿਹੜਾ ਉੱਚੀ ਛੱਡਿਆ ਹੁੰਦਾ ਉਹ ਵੀ ਨਹੀਂ ਸੀ, ਨਾ ਮਢੀਰ ਉੱਥੇ ਗੇੜੀਆਂ ਮਾਰਦੇ ਸੀ, ਨਹੀਂ ਤਾਂ ਪਿਛਲੀ ਵਾਰੀ ਅਸੀਂ ਗਏ ਸੀ ਨਾ ਉਦੋਂ ਮੁੰਡੇ ਇੱਦਾਂ ਗੇੜੀਆਂ ਮਾਰਦੇ ਸੀ ਨਾ, ਐਰਕੀ ਉਹ ਚੀਜ਼ ਹੈ ਨਹੀਂ ਸੀ। ਅਤੇ ਜ਼ਿਆਦਾ ਧੁੰਦ ਪੈ ਗਈ ਤਾਂ ਕਹੀ ਬਿਲਕੁਲ ਹੀ ਕੋਲ ਹੀ ਆ ਗਿਆ ਕੰਮ। ਬਾਕੀ ਠੰਡੇ ਬੁਰਜ ਦੇ ਦਰਸ਼ਨ ਨਹੀਂ ਕਰ ਹੋਏ, ਉੱਥੇ ਬਹੁਤ ਜ਼ਿਆਦਾ ਸੰਗਤ ਦੀ ਲੰਬੀ ਲਾਈਨ ਲੱਗੀ ਸੀ, ਘੱਟੋ ਘੱਟ ਸਾਨੂੰ 2 ਘੰਟੇ ਲੱਗ ਜਾਣੇ ਸੀਗੇ, ਅਤੇ ਫਿਰ ਇੱਧਰ ਨੂੰ ਜਦੋਂ ਵਾਪਸ ਆਉਣਾ ਸੀ ਫਿਰ ਬਹੁਤ ਜ਼ਿਆਦਾ ਲੇਟ ਹੋ ਜਾਣਾ ਸੀ। ਜੇ ਸਵੇਰ ਨੂੰ ਛੇਤੀ ਜਾਈਏ ਫਿਰ ਬੰਦਾ ਕਰ ਸਕਦਾ ਆ, ਅਸੀਂ ਗਏ ਲੇਟ ਸੀਗੇ ਥੋੜ੍ਹੀ, 4 ਵਜੇ ਉੱਥੇ ਪਹੁੰਚੇ, 6 ਵਜੇ ਵਿਹਲੇ ਹੋ ਗਏ ਸੀ ਹੈ ਨਾ ਆਪਾਂ, ਨਹੀਂ ਲੇਟ ਹੋਏ, ਨਹੀਂ ਸੱਚ 7 ਵਜੇ ਗੱਡੀ ਚਲੀ, ਕਿਉਂਕਿ 1 ਘੰਟਾ ਤਾਂ ਜਾਣ ਨੂੰ ਲੱਗਾ ਤੁਰ ਕੇ ਗਏ, 1 ਘੰਟਾ ਹੀ ਆਉਣ ਨੂੰ ਲੱਗਾ ਤੁਰ ਕੇ, ਵਾਹਵਾ ਗੱਡੀ ਪਿੱਛੇ ਲਾ ਦਿੱਤੀ ਸੀ ਨਾ, ਅੱਗੇ ਰੱਛ ਬਹੁਤ ਸੀਗਾ, ਪੰਪੜਾ ਪੰਪ ਤਾਂ ਦਿਸਣ ਹੀ ਨਹੀਂ ਤਿਆ ਅੱਗੇ, ਆ ਗਿਆ ਆ ਗਿਆ ਸਪੈਸ਼ਲ ਪੰਪ, ਸਪੈਸ਼ਲ ਤੇਲ ਮਿਲ ਜਾਂਦਾ ਇੱਥੋਂ। ਪੰਪ 'ਚ ਵੀ ਧੂੰਦ ਪੜ ਗਈ ਹੈ, ਸਾਰੇ 2300 ਦਾ ਉਹ ਹੌਲੀ ਹੌਲੀ ਪਾਈ, ਇਹਨੇ ਬੈਕ ਮਾਰ ਦੇਣਾ। ਚਲੋ ਠੀਕ ਆ ਜੀ, ਫਿਰ ਓਹੋ ਵਾਹ ਵੀ ਪ੍ਰਧਾਨ ਸਾਹਿਬ ਨੇ ਇੰਨੀ ਕੋਲੋਂ ਗੱਡੀ ਕੱਢੀ, ਬੱਲੇ ਬੱਲੇ ਬੱਲੇ, ਇੰਨਾ ਕੁ ਫਰਕ ਸੀਗਾ ਵੀ। ਮੈਂ ਜਨਾਬ ਹੁਣੀ ਚੱਲ ਗਏ ਉੱਧਰ ਨੂੰ, ਤਾਂ ਮੈਂ ਆ ਗਿਆ ਆਪਣਾ ਫੇਵਰੇਟ ਸੂਪ ਪੀਣ ਸ਼ਹਿਰ ਨੂੰ। ਅੱਜ ਨਾਕੇ ਬੜੇ ਲੱਗੇ ਆ, ਅੱਜ ਭੀੜ ਵੀ ਬਹੁਤ ਆ। ਹੈਲੋ, ਹਾਂਜੀ ਸੰਧੂ ਸਾਹਿਬ। ਹਾਂਜੀ ਹਾਂਜੀ, ਲੈ ਵੀ ਮੈਂ ਪੈਕ ਕਰਾ ਲਿਆ ਸੂਪ ਅਤੇ ਘਰੇ ਲੈ ਚੱਲਾਂ ਮੈਂ, ਅਤੇ ਹੁਣ ਸਾਡੇ ਜੀਪ ਵਾਲੇ ਭਰਾ ਦਾ ਫੋਨ ਆ ਗਿਆ ਤੇ ਹੁਣ ਬਾਤਚੀਤ ਹੋਣ ਲੱਗੀ ਸਾਡੀ, ਮੈਂ ਵੀਡੀਓ ਬਣਾਉਣ ਦਿਆ ਸੀਗਾ, ਮੈਂ ਕਿਹਾ ਦਰਸ਼ਕਾਂ ਨੂੰ ਦੱਸ ਦਈਏ ਬੰਦੇ ਸਾਡੇ ਆਉਣ ਵਾਲੇ ਆ ਬਾਹਰੋਂ। ਆਵਾਜ਼ ਸੁਣਾ ਦਈਏ ਸ਼ਾਇਦ ਆਵਾਜ਼ ਪਛਾਣ ਲੈਣ। ਮੈਂ ਉਦਾਂ ਹੀ ਘੁੰਮਦਾ ਫਿਰਦਾ ਆ ਗਿਆ ਸ਼ਹਿਰ ਨੂੰ, ਮੈਂ ਸੂਪ ਸਾਹਿਬ ਪੀਣ ਆਇਆ ਸੀਗਾ। ਮਾਮਾ ਕੁੱਤਿਆਂ ਨੂੰ ਪਈ ਜਾਣਾ ਸਿੱਟ 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 ਸਿੱਟ, ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ, ਕੁੱਤਿਆਂ ਨੂੰ ਦੜਾਈ ਜਾਂਦਾ ਹੈ, ਇਹਨੂੰ ਕੁੱਤੇ ਪੈਣ ਦੇ ਗਏ ਕਿ ਮੈਂ ਕਿਹਾ ਪਤਾ ਨਹੀਂ ਕਿੱਥੇ ਗਿਆ ਆ। ਨੇਰੀ ਅੰਦਰ ਚੱਲ, ਠੰਡ ਬੜੀ ਹੋ ਨੇਰੀ, ਇੱਕ ਤਾਂ ਮੈਨੂੰ ਦੇਖ ਕੇ ਨਾ ਹੌਲੀ 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 ਹੌਲੀ, ਜਨਾਬ ਹੁਣੀ ਵੀ ਆ ਗਏ ਮਾਂ ਆਪਣੀ ਕੋਲੋਂ, ਉਹ ਇੱਧਰ ਆ ਨੇਰੀ, ਤੂੰ ਮਾਮਾ ਨੇਰੀ ਨੇਰੀ ਉਰੇ ਆ, ਇੱਧਰ ਆ ਇੱਧਰ ਆ ਇੱਧਰ 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 ਉਰੇ ਆ, ਉਹ ਨੇਰੀ ਤੂੰ ਕਿੱਧਰ ਗਿਆ ਸੀ, ਉਹ ਕੁੱਤਿਆਂ ਨੂੰ ਪੈਂਦਾ ਤੂੰ, ਹੈਂ ਕੁੱਤਿਆਂ ਨੂੰ ਕਾਹਤੋਂ ਪੈਂਦਾ, ਬੋਲਦਾ ਨਹੀਂ, ਹੈਂ ਕੁੱਤਿਆਂ ਨੂੰ ਪੈਂਦਾ। ਸਿੱਟੋ
ਐਹੀ ਸਿੰਗ ਮਾਰਨੀ ਚੱਲ ਓਏ ਅਜਾ ਰੋਟੀ ਖਾਣੀ ਕਿੱਥੇ ਕੁੱਤੇ ਤਿੰਨ ਚਾਰ ਆਏ ਉਹਨਾਂ ਨਾਲ ਦੌੜਾ ਫਿਰਦਾ ਸੀ ਬਾਹਰ ਲੈ ਵੀ ਹੁਣ ਨਾ ਤੁਹਾਨੂੰ ਮੈਂ ਨੇਰੀ ਦੇ ਨਾ ਇੱਕ ਲੱਤ ਤੇ ਸੱਟ ਲੱਗੀ ਸੀ ਨੇਰੀ ਦੇ ਹੁਣ ਦੂਜੀ ਲੱਤ ਤੇ ਵੀ ਉਹਨੂੰ ਸੱਟ ਲਵਾ ਲਈ ਨੇਰੀ ਉਹ ਨੇਰੀ ਗਿਆ ਬਾਰਾਗਰਦੀ ਕਰਨ ਗਿਆ ਬਾਰਾਗਰਦੀ ਉਹਨੇ ਹੈਗਾ 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 ਕਿਆ ਕਰਤੇ ਹੋ ਆਪ ਨੇਰੀ ਜੀ ਦੇਖ ਲਓ ਉਹ ਵੀ ਪਾੜ ਦਿੱਤਾ ਇਹਨੇ ਸਾਰਾ ਹੀ ਹਾਂ ਕਿੱਧਰ ਹੋਇਆ ਘੁੰਮ ਕੇ ਕਿੱਧਰ ਸੀ ਆਏ ਘੁੰਮ ਕੇ ਹੈਂ ਇਹਦਾ ਮੈਂ ਆਹ ਘਰ ਬਣਾ ਤਾ ਪਹਿਲਾਂ ਓਪਨ ਨਹੀਂ ਸੀ ਫਿਰ ਆਹ ਜੀਪ ਵਾਲਾ ਫਰੇਮ ਹੈਗਾ ਜਿੰਨਾ ਚਿਰ ਪਿਆ ਆ ਉਨਾ ਚਿਰ ਇਹਦੇ ਉੱਤੋਂ ਵੀ ਪਾ ਲਿਆ ਕਹਿੰਦੀ ਕਿਉਂਕਿ ਜਿਹੜੀ ਠੰਡ ਆ ਨਾ ਉੱਪਰੋਂ ਥੱਲੇ ਨੂੰ ਆਉਂਦੀ ਆ ਤਾਂ ਕਰਕੇ ਫਿਰ ਮੈਂ ਇਹਦੇ ਉੱਤੇ ਚਾਦਰ ਪਾ ਦਿੱਤੀ ਹੁਣ ਇਹਦੇ ਵਿੱਚ ਵੜ ਕੇ ਬੈਠਾ ਰਹਿੰਦਾ ਇੱਥੇ ਆਹ ਇਹਦਾ ਖਾਣ ਵਾਲਾ ਉਹ ਇਹਦਾ ਵਿੱਚ ਪਾਣੀ ਪਾ ਦਈਦਾ ਪੀਣ ਵਾਲਾ ਓਕੇ ਅੱਜ ਬੋਲਦਾ ਹੀ ਨਹੀਂ ਇਹਨੂੰ ਕੀ ਹੋਇਆ ਓਏ ਓ ਸੁਣ ਪਈਆਂ ਲੱਗਦੀਆਂ ਕਿਸੇ ਕੋਲ ਸੜਕ ਤੋਂ ਕਦੀ ਕਿਸੇ ਕੋਲ ਠੁੱਡੇ ਖਾਂਦਾ ਕਦੀ ਕਿਸੇ ਕੋਲ ਓਏ ਹੁਣ ਨਾ ਤੁਹਾਨੂੰ ਕੱਲ੍ਹ ਨੂੰ ਮਿਲਦੇ ਹਾਂ ਕੱਲ੍ਹ ਨੂੰ ਨਾ ਜਾਣਾ ਆਪਾਂ ਸਪੈਸ਼ਲ ਥਾਂ 'ਤੇ ਅਤੇ ਕੱਲ੍ਹ ਨੂੰ ਵੀਡੀਓ ਆਊਗੀ ਹੁਣ ਵੀਡੀਓ ਰੈਗੂਲਰ ਆਇਆ ਕਰਨੀਆਂ ਆ ਅਤੇ ਦਰਸ਼ਨ ਕਰ ਆਏ ਸੀਗੇ ਅਸੀਂ ਇਹਨੂੰ ਫਿਰ ਆ ਕੇ ਰੋਟੀ ਪਾਈ ਅਸੀਂ 9:30 ਆਏ ਇਹਨੂੰ ਆ ਕੇ ਰੋਟੀ ਪਾਈ ਭੁੱਖਾ ਸੀਗਾ ਵਿਚਾਰਾ ਆਹੀ ਚੱਕਰ ਆ ਹੁਣ ਇਹਨੂੰ ਸਾਹਮਣੇ ਵਾਲਾ ਕੋਈ ਹੈ ਨੀਗਾ ਅਤੇ 12:30 ਇੱਕ ਵਜੇ ਨਿਕਲੇ ਸੀਗੇ ਅਸੀਂ ਉਦੋਂ ਇਹਨੂੰ ਜਾਂਦੇ ਹੋਏ ਰੋਟੀ ਪਾ ਗਏ ਸੀਗੇ ਬਾਅਦ 'ਚ ਫਿਰ ਆ ਕੇ ਰੋਟੀ ਪਾਈ ਇਹਨੂੰ ਲਗਾ ਤਾਂ ਰੁੱਸ ਗਿਆ ਆ ਹੁਣ ਤੁਹਾਨੂੰ ਮਿਲਦਾ ਮੈਂ ਕੱਲ੍ਹ ਨੂੰ ਅਤੇ ਹੁਣ ਡੇਲੀ ਵੀਡੀਓ ਆਇਆ ਕਰੂਗੀਆਂ ਓਕੇ ਫਿਰ ਬਾਏ 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 ਮੈਸੇਜ ਬਹੁਤ ਆਉਂਦੇ ਹੁੰਦੇ ਸੀਗੇ ਮੈਨੂੰ ਭਾਅ ਜੀ ਵੀਡੀਓ ਮੈਂ ਦੱਸਿਆ ਸੀਗਾ ਵੀਡੀਓ ਮੈਂ ਕਿਉਂ ਨਹੀਂ ਪਾਉਣੀ ਲਾਈਵ ਦੇ ਵਿੱਚ ਵੀ ਦੱਸਿਆ ਸੀਗਾ ਅਤੇ ਕੱਲ੍ਹ ਨੂੰ ਮਿਲਦੇ ਹਾਂ ਹੁਣ ਓਕੇ ਫਿਰ ਬਾਏ 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 ਹੈ ਕਿੰਨਾ ਢੀਠ ਓ ਬੋਲਦਾ ਹੀ ਨਹੀਂ ਬੋਲਦਾ ਨਹੀਂ ਉਹ ਢੀਠ ਇੰਨਾ ਕੁ ਢੀਠ ਹੋ ਗਿਆ ਓਏ ਉਹਨੂੰ ਹੈ ਹੀ ਨਹੀਂ ਕੋਈ ਮੇਰੇ ਕੋਲ ਬੈਠਾ ਕਮਾਲ ਆ ਹੱਦ ਹੋ ਗਈ ਯਾਦ ਆਉਂਦੀ ਕਿਸੇ ਦੀ ਹੈ ਓਏ ਓਏ ਲੱਗਦਾ ਮਾਲਕਾਂ ਦੀ ਯਾਦ ਆਉਂਦੀ ਹੈ ਓਏ